ਕੁੜੀਆਂ ਮਾਰ ਕੁੱਟ ਕਰਕੇ ਤੇ ਕੀ ਦਾ ਕੁਝ ਰੈਂਟ ਦੇ ਘਰ ਚਲੇ ਜਾਂਦੀਆਂ ਆਟਾ ਖਤਮ ਹੋ ਗਿਆ ਆਗੇ ਪਿੱਛੇ ਕਰਦੇ ਸੀ ਆਟਾ ਕਿਤੇ ਖਤਮ ਹੋ ਗਿਆ ਜਿਹੜੀਆਂ ਲੈਣਾ ਚ ਲੱਗੀਆਂ ਹੁੰਦੀਆਂ ਉਹ ਲੱਗੀਆਂ ਰਹਿ ਜਾਂਦੀਆਂ ਸਵੇਰ ਦੀਆਂ ਕੋਈ 5 ਵਜੇ ਆ ਕੇ ਬੁੜੀਆਂ ਬਹਿ ਜਾਂਦੀਆਂ ਐਡੀ ਮਾਹੌਲ ਹੋ ਗਿਆ ਨਾ ਇੱਥੇ ਪਾਕਿਸਤਾਨ ਦਾ ਜਿਹੜਾ ਸਾਹ ਜਿਹੜਾ ਪਿੱਛੇ ਆਉਂਦੀਆਂ ਅਗਲੀਆਂ ਲੜ ਲੜ ਕੇ ਅੱਗੇ ਜਾ ਕੇ ਲੈ ਲੈਂਦੀਆਂ ਬਹੁਤ ਬੁਰਾ ਹਾਲ ਹੋਇਆ ਆ ਅਬ ਪਾਕਿਸਤਾਨ ਦਾ ਤਾਂ ਕੋਈ ਹਾਲ ਰਹਿ ਨਹੀਂ ਗਿਆ ਹਕੂਮਤ ਪਤਾ ਨਹੀਂ ਕਿੱਦਾਂ ਦੀ ਆ ਗਈ ਆ ਕਿ ਜਿਹੜੀ ਖਰੇ 80-90 ਤੋੜੇ ਲਾ ਕੇ ਜਾਂਦੇ ਆ ਤੇ 500 ਬੁੱਢੀ ਬੰਦਾ ਹੁੰਦੇ ਆ ਤੇ ਕਿਸੇ ਨੂੰ ਲੱਭ ਜਾਂਦਾ ਕਿਸੇ ਨੂੰ ਲੱਭਦਾ ਨਹੀਂ ਕੋਈ ਤਿੰਨ ਦਿਨ ਮੁੜ ਮੁੜ ਕੇ ਜਾਂਦਾ ਤੇ ਕੋਈ ਦੂਏ ਦਿਨ ਲੈ ਕੇ ਚੱਲ ਜਾਂਦਾ ਆ ਮੈਂ ਚੌਥੀ ਵਾਰੀ ਆਈ ਹਾਂ ਆ ਪੁੱਛਦਾ ਆ ਭਾਜੀ ਨੂੰ ਪੁੱਛ ਲੈ ਕਿੰਨੇ ਦਿਨ ਹੋ ਗਏ ਮੈਂ ਆਉਂਦੀ ਹਾਂ ਜਾ ਕੇ ਮੁੜ ਗਏ 1450 ਦਾ ਤੋੜਾ ਦੇਣ ਡਿਆ ਦੁਕਾਨਾਂ ਵਾਲੇ 10 ਕਿਲੋ ਦਾ ਉਹ ਲੈ ਕੇ ਖਾਂਦੇ ਆ ਤੇ ਬੇਲੋ ਦੁੱਗਣੇ ਚੌਗਣੇ ਕੀ ਕੀ ਕਰੀਏ ਦਿਹਾੜੀਦਾਰ ਬੰਦਾ ਜਿਹੜਾ ਉਹ ਤਾਂ ਰੋਂਦਾ ਬਿੱਲ ਤਾਰੀਏ ਆਟਾ ਕਹੀਏ ਆਟਾ ਤਾਂ ਖਾਣਾ ਹੀ ਖਾਣਾ ਰੋਟੀ ਤਾਂ ਖਾਣੀ ਆ ਨਾ ਰੋਟੀ ਤਾਂ ਖਾਣੀ ਆ ਦੁੱਧ ਨਾ ਪੀਊਗਾ ਕੋਈ ਫਲ ਨਾ ਖਾਊਗਾ ਕੋਈ ਹੋਰ ਸ਼ੈ ਨਾ ਖਾ ਰੋਟੀ ਤਾਂ ਖਾਣੀ ਉਹ ਵੀ ਰਜਮੀ ਨੇ ਬੱਚਿਆਂ ਨੂੰ ਦੇਣ ਦਾ ਉਹ ਵੀ ਸ਼ੇਰ ਨੂੰ ਰਾਸ ਦੋ ਦਾ ਚਿਰ ਖਲਾ ਕੇ ਨਾਲ ਚੱਕਰਾ ਜੇ 12 ਵਜੇ ਚਾਹੀਦੀ ਤੇ ਸ਼ਾਮ ਦੀ ਰੋਟੀ ਮੁਰਕੀ ਚਾਹੀਦੀ ਕੋਈ ਹਾਲਾਤ ਰਹਿ ਗਏ ਯਹਾਂ ਸੇ 650 ਕਾ ਥੈਲਾ ਮਿਲਤਾ ਹਾਂਜੀ 650 ਦਾ ਮਿਲਦਾ ਜਿਨ੍ਹਾਂ ਨੂੰ ਬੇਨਜ਼ੀਰ ਦਾ ਪੈਸੇ ਮਿਲਦੇ ਨਾ ਉਹ ਮੈਸੇਜ ਕਰਦੀਆਂ ਉਹਨਾਂ ਨੂੰ ਘਿਓ ਵੀ ਮਿਲ ਜਾਂਦਾ ਆਟਾ ਵੀ ਮਿਲ ਜਾਂਦਾ 450 ਦਾ ਤੇ ਜਿਨ੍ਹਾਂ ਨੂੰ ਨਹੀਂ ਮਿਲਦਾ ਸਾਡੇ ਵਰਗਿਆਂ ਦੀ ਨਹੀਂ ਲੈ ਤੇ ਨਹੀਂ ਮਿਲਦੇ ਤੇ ਸਾਨੂੰ ਉਹ 650 ਦਾ ਉਹ ਵੀ ਮਿਲਦਾ ਹੀ ਨਹੀਂ ਆ ਭਾਜੀ ਨੂੰ ਕੁਝ ਮੈਂ 4 ਵਾਰੀ ਫਿਰ ਕੇ ਗਈ ਹਾਂ ਤੇ ਨਹੀਂ ਆਟਾ ਮਿਲਿਆ ਤੇ ਮੁੜ ਕੇ ਖਾਲੀ ਘਰ ਚਲ ਜਾਂਦਾ 4 ਦਿਨ ਹੋ ਗਏ ਰੋਜ਼ ਆ ਰਹੀ ਨਹੀਂ ਜਮੈਲ ਦੇ ਦਿਨ ਆਏ ਸੀਗੇ ਨਹੀਂ ਮਿਲਿਆ ਹਫ਼ਤਾ ਇਤਵਾਰ ਉਦਾਂ ਨਹੀਂ ਆਉਂਦਾ ਉਹ ਜਮੈਲ ਆਇਆ ਹੀ ਨਾ ਹਫ਼ਤਾ ਇਤਵਾਰ ਨਹੀਂ ਛੁੱਟੀ ਹੋ ਜਾਂਦੀ ਤੇ ਅੱਜ ਆਏ ਹਾਂ ਤੇ ਅੱਜ ਵੀ ਨਹੀਂ ਮਿਲਿਆ ਅੱਜ ਵੀ ਖਾਲੀ ਘਰ ਚਲ ਜਾਂਦਾ ਇੱਥੇ ਲੈਣ ਲੱਗੀ ਸੀ ਇੱਥੇ ਪੁੱਛ ਲਿਆ ਭਾਈ ਨੂੰ ਇੱਥੇ ਲੱਗੀ ਸੀ ਜੋ ਉੱਥੇ ਗਈਆਂ ਐਂਡ ਕੇ ਤਾਂ ਕਰਜ਼ਾ ਪਛਾਣ ਕਰ ਦਿੱਤਾ ਤੇ ਤੂੰ ਨਹੀਂ ਬੀਬੀ ਅੰਦਰ ਵੜਨਾ ਤੇ ਆਟਾ ਦਿੱਤਾ ਅਵਾਮੀ ਰਾਏ ਆਪਕੇ ਸਾਹਮਣੇ ਹੈ ਜੀ ਔਰ ਲੋਗੋਂ ਕੀ ਪਰੇਸ਼ਾਨੀ ਵੀ ਆਪਕੇ ਸਾਹਮਣੇ ਹੈ ਕਿ ਚਾਹੋ ਚਾਰ ਤੋੜੇ ਫੇਰ ਰੱਖ ਲੈ ਕਿਸੇ ਆਟਾ ਫੇਰ ਨਹੀਂ ਦਿੱਤਾ ਆਟਾ ਦਿੱਤਾ ਨਹੀਂ ਮੈਂ ਕੀ ਕਹਿ ਰਹੇ ਹੈ ਉਹਨੇ 4 ਤੋੜੇ ਰਹਿ ਗਏ ਆਪਕੋ ਕਿਉਂ ਨਹੀਂ ਦਿਆ ਅਜੇ ਨਾ 4 ਤੋੜੇ ਰਹਿ ਗਏ ਨੇ ਜਿਹੜੇ ਅਸੀਂ ਜਿੰਨਾ ਦੇਣਾ ਉਹਨਾਂ ਨੂੰ ਦੇਣਾ ਮੈਨੂੰ ਤਾਂ ਦੇਣ ਆਟਾ ਮੈਂ ਸਵੇਰ ਦੀ ਮਾਰ ਕੇ ਮੈਂ ਤਾਂ ਪੈਰ ਛੋੜ ਕੇ ਉਹਨਾਂ ਦਾ ਕੰਮ ਹੈ ਨਾ ਆਟਾ ਦੇਣਾ ਬਿਲਕੁਲ ਦੇਣਾ ਹੈ ਆਪ ਆਪਕੇ ਲਈ ਹੀ ਤਾਂ ਹਕੂਮਤ ਭੇਜ ਰਹੀ ਹੈ ਯਹਾਂ ਪੇ ਸਸਤਾ ਆਟਾ ਲੋਕੋਂ ਕੇ ਲਈ ਹੈਗਾ ਨਾ 4 ਤੋੜੇ ਪਏ ਜਿਹੜੇ ਪਿੱਛੋਂ ਆਉਂਦੀਆਂ ਕਹਿੰਦੀਆਂ ਸੀ ਸਵੇਰ ਦੀਆਂ ਆਈਆਂ ਤੇ ਜਿਹੜੀਆਂ ਸਵੇਰ ਦੀਆਂ ਆਈਆਂ ਹੁੰਦੀਆਂ ਲੜ ਲੁੜ ਕੇ ਜੇ ਕਿਸੇ ਨੂੰ ਲੱਭ ਗਿਆ ਨਾ ਲੱਭਾ ਦੇ ਚੋ ਤੁਹਾਨੂੰ ਮੈਂ ਦੱਸਿਆ ਭਾਈ ਨੂੰ ਪਤਾ ਦੁਕਾਨਦਾਰ ਨੂੰ ਮੈਂ 34 ਵਾਰੀ ਮੁੜ ਕੇ ਮਹੀਨਾ ਡੇਢ ਹੋ ਗਿਆ ਮੈਨੂੰ ਆਟਾ ਮਿਲੇ 34 ਵਾਰੀ ਮੈਂ ਮੁੜ ਕੇ ਚੱਲੀ ਹਾਂ ਆ ਤੁਹਾਨੂੰ ਦੇਖ ਕੇ ਮੈਂ ਖੜੀ ਹੋ ਗਈ ਸੀ ਮੈਂ ਕਿਹਾ ਚਲੋ ਕਰਿਆ ਕੋਈ ਹੱਲ ਕਰਨਗੇ ਇਹ ਵੀ ਸਾਡਾ ਘਰ ਜਮਾ ਜਲ 6-7 ਬੱਚੇ ਖਾਣ ਵਾਲੇ ਹੁਣ ਜੀ ਹੁਣ ਤੇ 10 ਕਿਲੋ ਨਾ ਕਿ ਮੰਨ ਲਾ 3 ਡੰਗ ਹੁੰਦੇ ਆ ਕੁਛ ਵੀ ਨਹੀਂ ਬਣਦਾ ਕੁਛ ਨਹੀਂ ਬਣਦਾ ਬੜੀ ਪਰੇਸ਼ਾਨੀ ਆ ਪੁੱਤ ਬੜਾ ਮਨ ਬਹੁਤ ਜਲੀਲ ਹੋ ਗਏ ਆ ਜੇ ਜਾਈ ਤੋਂ ਨਹੀਂ ਲੈਂਦੇ 1450 ਦਾ ਦੁਕਾਨਾਂ ਵਾਲੇ 1450 ਦਾ 10 ਕਿਲੋ ਦਿੰਦੇ ਆ ਆਪਾਂ ਕਿੰਨੀ ਦੇਰ ਹੋ ਗਈ ਇਹ ਆਟੇ ਕੀ ਬੜੀ ਪਰੇਸ਼ਾਨੀ ਹੈ ਹਮੇਸ਼ਾ ਸੇ ਐਸਾ ਹੀ ਹੈ ਯਾਰ ਜਦੋਂ ਦਾ ਰੋਜੇ ਨੰਗੇ ਆ ਨਾ ਰੋਜੇ ਤਾਂ ਪਹਿਲੇ ਵੀ ਇਹ ਦਿੰਦੇ ਸੀ ਇਦਾਂ ਹੀ ਲੈਣਾ ਜੀ ਲਾ ਕੇ ਜਿੰਨਾ ਦਾ ਦੇਣ ਲੱਗੇ ਲੈਣਾ ਜੀ ਲਾ ਕੇ ਦਿੰਦੇ ਸੀ ਕਿ ਇਸੇ ਧੱਕੇ ਦਾ ਨਹੀਂ ਤੇ ਫਿਰ ਰੋਜਿਆਂ ਵਿੱਚ ਲੋ ਗਿਆ ਤੇ ਇਹ ਪੁਲਿਸ ਦਿੰਦੇ 650 ਦਾ ਰੋਜਿਆਂ ਤੋਂ ਪਹਿਲੇ ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰ ਦਿੱਤਾ ਕਿ ਪਿੱਛੋਂ ਹਕੂਮਤ ਨਹੀਂ ਦਿੰਦੀ ਸਾਨੂੰ ਇੱਕ ਹੋਰ ਖਾਤੂ ਨੇ ਬੜਾ ਨਾਰਾਜ਼ ਕਿਆ ਹੋ ਗਿਆ ਕਿਉਂ ਇਤਾ ਗੁੱਸਿਆ ਨਾਰਾਜ਼ ਹੋ ਰਹੀ ਹੈ ਗੁੱਸੇ ਨਾਰਾਜ਼ ਦੀ ਬਾਜੀ ਗੱਲ ਨਹੀਂ 11 ਵਜੇ ਦੇ ਆਏ ਆ ਇਹਨਾਂ ਨੂੰ ਅਸੀਂ ਕਿਹਾ ਤੁਸੀਂ ਟੋਕਨ ਦਿਓ ਜਿਸ ਤਰੀਕੇ ਨਾਲ ਉਸ ਤਰੀਕੇ ਨਾਲ ਆਟਾ ਦਿਓ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਕੋ ਜਿਹੜਾ 7 ਵਜੇ ਦਾ ਆ ਉਹ ਬੈਠਾ ਜਿਹੜਾ 10 ਵਜੇ ਆ ਉਹ ਲੈ ਕੇ ਗਾਂ ਗਿਆ ਇਹ ਕੋਈ ਤਰੀਕਾ ਤੇ ਨਹੀਂ ਅਸੂਲ ਨਹੀਂ ਹੈ ਦੁਨੀਆ ਦੇ ਵਿੱਚ ਇਹ ਕੋਠੀ ਸਟਾਫ ਬੜਾ ਅਸੂਲ ਆ ਉਹ ਟੋਕਨ ਦਿੰਦੇ ਨੇ ਜਿਸ ਤਰ੍ਹਾਂ ਦੁਨੀਆ ਆਉਂਦੀ ਉਸੇ ਤਰ੍ਹਾਂ ਦਿੰਦੇ ਨੇ ਜਿੰਨਿਆਂ ਨੂੰ ਆਉਂਦਾ ਬਸ ਠੀਕ ਹੈ ਲੈ ਕੇ ਆਪਣੇ ਘਰ ਇਸੇ ਧੱਕੇ ਦੇ ਕੇ ਅੰਦਰ ਲੰਘ ਗਈਆਂ ਦੂਸਰੀਆਂ ਉੱਥੇ ਦੀ ਉੱਥੇ ਖਲੋਤੀਆਂ ਆਟੇ ਕੀ ਸਪਲਾਈ ਵੀ ਤਾਂ ਵੱਧ ਜਾਣੀ ਚਾਹੀਏ ਨਾ ਤਾਂ ਕਿ ਜਿੰਨੇ ਲੋਕ ਆ ਰਹੇ ਆ ਉਹਨਾਂ ਸਭ ਕੋ ਹੀ ਮਿਲ ਜਾਏ ਇਹ ਤਾਂ 75 ਤੋੜੇ ਇੱਥੇ ਕਿੱਥੇ ਗਏ ਨੇ ਮੈਂ ਗਿਣਤੇ ਗਿਣੇ ਨੇ 75 ਤੋੜੇ ਲਿਖੇ ਅੱਛਾ ਤੇ 75 ਤੋੜੇ ਗਏ ਕਿੱਧਰ ਫਟਾਫਟ ਕਿੰਨੇ ਲੋਕਾਂ ਨੂੰ ਮਿਲੇ ਜਿਹੜੇ ਲੋਕ ਲੈ ਕੇ ਜਿਹੜੇ ਪਿੱਛੋਂ ਆਏ ਅੰਦਰੋਂ ਲੈ ਕੇ ਧੱਕੇ ਦੇ ਕੇ ਚਲੇ ਗਏ ਜਿਹੜੀ ਲੈਣ ਲੱਗੀ ਉੱਥੇ ਦੀ ਉੱਥੇ ਖੜੀ ਇਹ ਕੋਈ ਤਰੀਕਾ ਤਾਂ ਨਹੀਂ ਨਾ ਹੈ ਗਰੀਬਾਂ ਵਾਸਤੇ ਜੇ ਕੱਢਿਆ ਤਾਂ ਫਿਰ ਗਰੀਬ ਲੈ ਕੇ ਜਾਣ ਕਿੰਨੀ ਵਾਰ ਚੱਕਰ ਲਗਾਉਣਾ ਪੜਦਾ ਲਾਈਨੋਂ ਮੇ ਲਗਣਾ ਪੜਦਾ ਹੈ ਹਰ ਰੋਜ਼ ਕੋਈ ਭਾਵੇਂ 2-2 ਹਫ਼ਤੇ ਲੰਘ ਜਾਣ ਮਿਲਦਾ ਹੀ ਨਹੀਂ ਧੱਕੇ ਦੇ ਕੇ ਤੂੰ ਜੀ ਚਲੇ ਜਾ ਹੁਣ ਮੈਂ ਸਵੇਰ ਦੇ ਆਏ ਨਾ 1 ਵਜ ਗਿਆ ਹੁਣ ਖਾਲੀ ਚੱਲੇ
आटा नहीं मिला। आटा नहीं मिलिया, हूँ दिल करे दो दिन बाद भी ना मिले। बाजार से महंगा, बाजार से महंगा 1450 का तोड़ा गरीब खा सकता है? यह हुकूमत को चाहिए दुकाना वाले छापे मारन, उन्होंने पूछ तो जो हुकूमत फिर असी तो गरीबों ने यही कहना।